ਅਧਿਕਾਰਾਂਗੇ ਜਿਲੇਬੀ ਬਾਬੇ ਦੀ ਜਿਸ ਨੇ 120 ਤੋਂ ਵੱਧ ਔਰਤਾਂ ਦੇ ਨਾਲ ਬਲਾਤਕਾਰ ਕੀਤਾ ਤੇ ਜਦੋਂ ਇਸ ਨੂੰ 14 ਸਾਲ ਦੀ ਸਜ਼ਾ ਸੁਣਾਈ ਜੱਜ ਨੇ ਤਾਂ ਇਹ ਇਹ ਕਹਿ ਕੇ ਰੋਣ ਲੱਗ ਗਿਆ ਕਿ ਮੈਨੂੰ ਸਜ਼ਾ ਮਾਫ ਕਰ ਦਿੱਤੀ ਜਾਵੇ ਮੇਰੀ ਕਿ ਮੈਂ ਸ਼ੂਗਰ ਦਾ ਮਰੀਜ਼ ਹਾਂ ਮੈਨੂੰ ਅੱਖਾਂ ਤੋਂ ਘੱਟ ਦਿਸਦਾ ਆ ਤੇ ਜੱਜ ਕਹਿੰਦਾ ਨਾ ਟੰਕੀ ਨਾ ਕਰ ਤੈਨੂੰ ਸਜ਼ਾ ਹਜੇ ਇਹ ਵੀ ਘੱਟ ਆ ਤੈਨੂੰ ਹੋ ਸਕਦਾ ਮੈਂ ਫਾਂਸੀ ਦੀ ਸਜ਼ਾ ਦੇ ਦਿੰਦਾ ਕਿਉਂਕਿ ਇਸ ਨੇ ਨਵਾਲਕ ਕੁੜੀਆਂ ਦੇ ਨਾਲ ਵੀ ਬਲਾਤਕਾਰ ਕੀਤੇ ਸੀਗੇ ਜਿਹੜੀਆਂ ਔਰਤਾਂ ਇਸ ਦੇ ਡੇਰੇ ਦੇ ਉੱਪਰ ਜਾਂਦੀਆਂ ਸੀਗੀਆਂ ਉਹਨਾਂ ਨੂੰ ਇਹ ਚਾਹ ਦੇ ਵਿੱਚ ਨਸ਼ੀਲੀਆਂ ਗੋਲੀਆਂ ਘੋਲ ਕੇ ਪਿਉਂਦਾ ਸੀਗਾ ਜਦੋਂ ਉਹ ਬੇਹੋਸ਼ ਹੋ ਜਾਂਦੀਆਂ ਸੀ ਤਾਂ ਉਹਨਾਂ ਦੇ ਨਾਲ ਗਲਤ ਹਰਕਤਾਂ ਕਰਦਾ ਸੀਗਾ ਤੇ ਵੀਡੀਓ ਇਹ ਕੈਮਰੇਸ ਨੇ ਲਗਾਏ ਹੋਏ ਸੀ ਆਪਣੇ ਡੇਰੇ ਦੇ ਇੱਕ ਕਮਰੇ ਦੇ ਵਿੱਚ ਤੇ ਉੱਥੇ ਔਰਤਾਂ ਨੂੰ ਲਿਜਾ ਕੇ ਇਹ ਉਹਨਾਂ ਦੇ ਨਾਲ ਗਲਤ ਕੰਮ ਕਰਦਾ ਸੀ ਤੇ ਉਹਨਾਂ ਦੀ ਵੀਡੀਓ ਬਣਾਉਂਦਾ ਸੀ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਵੀਡੀਓ ਭੇਜ ਕੇ ਉਹਨਾਂ ਨੂੰ ਬਲੈਕਮੇਲ ਕਰਦਾ ਸੀ ਤੇ ਉਹਨਾਂ ਤੋਂ ਇਹ ਮੋٹے ਪੈਸੇ ਲੈਂਦਾ ਸੀਗਾ ਇਸ ਦੀ ਉਮਰ 8 ਸਾਲ ਦੀ ਸੀ ਜਦੋਂ ਇਸ ਨੇ ਮਾਨਸਾ ਜ਼ਿਲ੍ਹਾ ਛੱਡ ਦਿੱਤਾ ਇਹ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ ਪੂਰਾ ਨਾਮ ਸੀ ਇਸ ਦਾ ਬਿੱਲੂ ਰਾਮ ਜਦੋਂ ਇਹ ਦਿੱਲੀ ਰੇਲਵੇ ਸਟੇਸ਼ਨ ਤੇ ਗਿਆ ਤਾਂ ਉੱਥੇ ਇਸ ਨੂੰ ਇੱਕ ਸਾਧੂ ਮਿਲਿਆ ਜਿਸ ਨੇ ਇਸਨੇ ਸੰਗਤ ਕੀਤੀ ਤੇ ਉਸਦੇ ਨਾਲ ਹੀ ਰਹਿਣ ਲੱਗ ਗਿਆ तकरीबन ਇਹ 10 ਸਾਲ ਉਸ ਸਾਧੂ ਦੇ ਨਾਲ ਰਿਹਾ ਉਸ ਤੋਂ ਸਾਰੀ ਵਿਦਿਆ ਹਾਸਲ ਕੀਤੀ ਵੀ ਕਿਵੇਂ ਇਹ ਤੰਤਰ ਮੰਤਰ ਸਾਰਾ ਕੁਝ ਕਰਦੇ ਕਤਰਦੇ ਆ ਤੇ ਜਦੋਂ ਇਸ ਦੀ ਉਮਰ 18 ਸਾਲ ਦੀ ਹੋਈ ਤਾਂ ਇਹ ਮਾਨਸਾ ਆਪਣੇ ਪਿੰਡ ਆ ਗਿਆ ਤੇ ਉੱਥੇ ਘਰਦਿਆਂ ਨੇ ਇਸ ਦਾ ਵਿਆਹ ਕਰ ਦਿੱਤਾ ਫਿਰ ਇਸ ਨੇ ਰੁਜ਼ਗਾਰ ਚਲਾਉਣ ਦੇ ਚੱਕਰ ਦੇ ਵਿੱਚ ਹਲਵਾਈ ਦਾ ਕੰਮ ਸਿੱਖਿਆ ਥੋੜਾ ਜਿਹਾ ਟਾਈਮ ਹਲਵਾਈ ਦੇ ਨਾਲ ਲਗਾ ਕੇ ਤੇ ਫਿਰ ਇਸ ਨੇ ਹਰਿਆਣੇ ਦੇ ਫਾਤੀਆਬਾਦ ਏਰੀਏ ਦੇ ਵਿੱਚ ਆਪਣੀ ਜਲੇਬੀਆਂ ਦੀ ਰੇੜੀ ਲਗਾਉਣੀ ਸਟਾਰਟ ਕਰ ਦਿੱਤੀ ਰੇੜੀਅਸ ਨੇ 3-4 ਸਾਲ ਲਗਾਈ ਪੂਰੇ ਏਰੀਏ ਦੇ ਵਿੱਚ ਇਸ ਦੀਆਂ ਜਲੇਬੀਆਂ ਮਸ਼ਹੂਰ ਹੋ ਗਈਆਂ ਤੇ ਇਸ ਨੇ ਆਪਣੇ ਘਰ ਦੇ ਵਿੱਚ ਹੀ ਇੱਕ ਛੋਟਾ ਜਿਹਾ ਡੇਰਾ ਬਣਾ ਲਿਆ ਸੀਗਾ ਜਿੱਥੇ ਲੋਕ ਇਸ ਦੇ ਕੋਲੇ ਆਉਣ ਲੱਗ ਗਏ ਇਹ ਪੁਸ਼ਾ ਦੇਣ ਲੱਗ ਗਿਆ ਭੂਤ ਪ੍ਰੇਤ ਕਢਣ ਲੱਗ ਗਿਆ ਚੌਂਕੀਆਂ ਲੱਗਣ ਲੱਗੀਆਂ ਤੇ ਉੱਥੋਂ ਹੀ ਇਸ ਦਾ ਨਾਮ ਆ ਜਲੇਬੀ ਬਾਬਾ ਜਿਹੜਾ ਆ ਉਹ ਲੋਕਾਂ ਨੇ ਰੱਖ ਦਿੱਤਾ ਤੇ ਜ਼ਿਆਦਾਤਰ ਭੂਤ ਭੂਤ ਪ੍ਰੇਤ ਜਿਹੜੇ ਪ੍ਰੇਤਾ ਉਹ ਕਢਾਉਣ ਵਾਲੀਆਂ ਔਰਤਾਂ ਹੀ ਹੁੰਦੀਆਂ ਸੀਗੀਆਂ ਇਸ ਦੇ ਕੋਲੋਂ ਪਰ ਇਹ ਭੂਤ ਪ੍ਰੇਤ ਕੱਢਣ ਦੀ ਆੜ ਦੇ ਵਿੱਚ ਆਪਣੀ ਹਵਸ ਜਿਹੜੀ ਆ ਉਹ ਉਹ 부ਝਾ ਰਿਆ ਸੀਗਾ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰ ਰਿਹਾ ਸੀਗਾ ਫੜਿਆ ਇਹ ਇੰਜ ਗਿਆ ਕਿ 2018 ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਤੇ ਉਹੋ ਵੀਡੀਓ ਇੱਕ ਇਨਸਾਨ ਥਾਣੇ ਦੇ ਵਿੱਚ ਲੈ ਗਿਆ ਐਸ ਐਚਓ ਕੋਲ ਤੇ ਜਾ ਕੇ ਉਹਨਾਂ ਨੂੰ ਦਿਖਾਈ ਕਿ ਆਹ ਵੀਡੀਓ ਵਾਇਰਲ ਹੋਈ ਵੀ ਆ ਹਰਿਆਣੇ ਦੇ ਇਹ ਇਸ ਬਾਬੇ ਦੀ ਹੈ ਜਿਸ ਦਾ ਨਾਮ ਜਲੇਬੀ ਬਾਬਾ ਆ ਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਜਦੋਂ ਬਾਬੇ ਦੇ ਡੇਰੇ ਦੇ ਉੱਪਰ ਰੇਡ ਕੀਤੀ ਗਈ ਤਾਂ ਬਾਬੇ ਦੇ ਉਥੋਂ ਕਮਰੇ ਦੇ ਵਿੱਚੋਂ ਕੈਮਰੇ ਲੱਗੇ ਬਰਾਮਦ ਕੀਤੇ ਗਏ ਤੇ ਕੈਮਰਿਆਂ ਦੀਆਂ ਜਿਹੜੀਆਂ ਰਿਕਾਰਡਿੰਗਾਂ ਬਰਾਮਦ ਕੀਤੀਆਂ ਗਈਆਂ ਤਾਂ ਤਕਰੀਬਨ ਕਹਿੰਦੇ ਆ ਕਿ 120 ਤੋਂ ਵੱਧ ਔਰਤਾਂ ਦੀਆਂ ਫਿਲਮ ਉਸ ਦੇ ਵਿੱਚ ਬਾਬੇ ਨੇ ਰਿਕਾਰਡ ਕੀਤੀਆਂ ਹੋਈਆਂ ਸੀਗੀਆਂ ਜਿਹੜੀਆਂ ਕਿ ਅਸ਼ਲੀਲ ਵੀਡੀਓ ਸੀਗੀਆਂ ਤੇ ਜਿਹੜੇ ਫੋਨ ਬਾਬੇ ਦੇ ਕੋਲੋਂ ਬਰਾਮਦ ਕੀਤੇ ਗਏ ਆ ਉਸ ਦੇ ਵਿੱਚ ਵੀ ਉਹਨਾਂ ਔਰਤਾਂ ਦੀਆਂ ਅਸ਼ਲੀਲ ਵੀਡੀਓ ਸੀ WhatsApp ਦੇ ਉੱਪਰ ਉਹਨਾਂ ਦੇ ਨਾਲ ਕੀਤੀ ਹੋਈ ਚੈਟਿੰਗ ਸੀ ਜਿਸ ਦੇ ਵਿੱਚ ਬਾਬਾ ਉਹਨਾਂ ਤੋਂ ਪੈਸੇ ਮੰਗ ਰਿਹਾ ਸੀਗਾ ਤੇ ਪੋਰਸ ਵਾਲਾ ਇਹਨਾਂ ਨੂੰ ਗ੍ਰਿਫਤਾਰ ਕਰ ਦਿੱਤਾ ਇਸ ਦਾ ਡੇਰਾ ਜਿਹੜਾ ਆ ਬੰਦ ਕਰ ਦਿੱਤਾ ਤੇ ਜਦੋਂ ਜੱਜ ਨੇ ਇਸ ਨੂੰ 14 ਸਾਲ ਦੀ ਸਜ਼ਾ ਸੁਣਾਈ ਤਾਂ ਇਹ ਬਾਬਾ ਕਹਿੰਦਾ ਕਿ ਮੈਨੂੰ ਅੱਖਾਂ ਤੋਂ ਘੱਟ ਦਿਸਦਾ ਆ ਮੇਰੀਆਂ ਅੱਖਾਂ ਦੇ ਵਿੱਚ ਮੋਤੀਆ ਬੰਦ ਉਤਰਿਆ ਹੋਇਆ ਆ ਤੇ ਮੈਂ ਸ਼ੂਗਰ ਦਾ ਮਰੀਜ਼ ਆ ਤੇ ਮੈਨੂੰ ਮੇਰੀ ਸਜ਼ਾ ਦੇ ਵਿੱਚ ਛੋੜ ਦਿੱਤੀ ਜਾਵੇ ਤੇ ਜੱਜ ਕਹਿੰਦਾ ਵੀ ਜਿਹੜੀ ਇਹ ਸਜ਼ਾ ਤੇਰੇ ਵਾਸਤੇ ਉਹ ਵੀ ਘੱਟ ਆ ਤੇ ਜੇ ਮੈਂ ਚਾਹਣਾ ਤਾਂ ਮੈਂ ਤੈਨੂੰ ਫਾਂਸੀ ਦੀ ਸਜ਼ਾ ਵੀ ਦੇ ਸਕਦਾ ਕਿ ਜੋ ਤੂੰ ਇਹਨਾਂ ਔਰਤਾਂ ਦੇ ਨਾਲ ਕੀਤਾ ਆ ਉਹਨਾਂ ਨੂੰ ਬਲੈਕਮੇਲ ਕੀਤਾ ਆ ਉਹ ਛੱਡ ਜੋ ਤੂੰ ਨਬਾਲਕ ਕੁੜੀਆਂ ਦੇ ਨਾਲ ਕੀਤਾ ਆ ਪਲੀਜ਼ ਇਹਨਾਂ ਪਖੰਡੀ ਸਾਧੂ ਸਾਧੂਆਂ ਦਾ ਜਿਹੜਾ ਕਿ ਡੇਰੇ ਦੇ ਉੱਪਰ ਨਾ ਜਾਇਆ ਕਰੋ ਉਸ ਗੁਰੂ ਗ੍ਰੰਥ ਮਹਾਰਾਜ ਦੇ ਉੱਪਰ ਵਿਸ਼ਵਾਸ ਰੱਖੋ ਤੇ ਉਹ ਹੀ ਆਪਣੇ ਸਾਰਿਆਂ ਦਾ ਪਿਓ ਆ ਤੇ ਉਸ ਤੋਂ ਮੰਗੋ ਉਹ ਜ਼ਰੂਰ ਤੁਹਾਡੀਆਂ ਮਨੋ ਕਾਮਨਾ ਪੂਰੀਆਂ ਕਰੂਗਾ ਤੇ ਨਾਲ ਮਿਹਨਤ ਵੀ ਕਰਨੀ ਜ਼ਰੂਰੀ ਆ ਇਹਨਾਂ ਬਾਬਿਆਂ ਦੇ ਕੋਲੇ ਕੁਝ ਨਹੀਂ ਰੱਖਿਆ ਇਹੇ ਆਪਣੀ ਸ਼ਰਾਫਤ ਦਾ ਫਾਇਦਾ ਚੱਕਦੇ ਨੇ ਆਪਣੇ ਤੋਂ ਪੈਸੇ ਠੱਗਦੇ ਨੇ ਤੇ ਉੱਥੋਂ ਹੀ ਆਪਣੀ ਦੁਕਾਨਦਾਰੀ ਚਲਾਉਂਦੇ ਨੇ ਹੁਣ ਕਈ ਬਾਬੇ ਲਾਟਰੀ ਦਾ ਨੰਬਰ ਦੰਦੇ ਨੇ ਤੇ ਜੇਕਰ ਲਾਟਰੀ ਦੇ ਨੰਬਰਾਂ ਦਾ ਇਹਨਾਂ ਨੂੰ ਇੰਨਾ ਹੀ ਪਤਾ ਹੋਵੇ ਤਾਂ ਇਹ ਖੁਦ ਲਾਟਰੀ ਪਾ ਕੇ ਤੇ ਖੁਦ ਕਿਉਂ ਨਹੀਂ ਕਰੋੜਪਤੀ ਬਣ ਜਾਂਦੇ ਗੱਲ ਸੋਚਣ ਵਾਲੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਗਿਹੜੀਆਂ ਹਜੇ ਵੀ ਬੀਬੀਆਂ ਗੁਰਦੁਆਰਾ ਗੁਰਦੁਆਰਿਆਂ ਨੂੰ ਛੱਡ ਕੇ ਇਹਨਾਂ ਸਾਧੂਆਂ ਦੇ ਡੇਰਿਆਂ ਦੇ ਉੱਪਰ ਜਾਂਦੀਆਂ ਨੇ ਉਹਨਾਂ ਨੂੰ ਅੱਖ ਲਾਵੇ ਵੀ ਉਹ ਤੁਹਾਡੇ ਕਿਤੇ ਚਾਹ ਦੇ ਵਿੱਚ ਨਸ਼ੀਲੀਆਂ ਗੋਲੀਆਂ ਇਸ ਜਲੇਬੀ ਬਾਬੇ ਵਾਂਗੂ ਪਾ ਕੇ ਤੁਹਾਡੇ ਨਾਲ ਕਿਤੇ ਗਲਤ ਹਰਕਤਾਂ ਕਰਕੇ ਤੁਹਾਡੀ ਵੀਡੀਓ ਬਣਾ ਕੇ ਤੁਹਾਨੂੰ ਬਾਅਦ ਵਿੱਚ ਉਹ ਬਲੈਕਮੇਲ ਨਾ ਕਰਨ ਤੇ ਇਸ ਦੇ ਖਿਲਾਫ ਕਿਸੇ ਨੇ ਵੀ ਕੰਪਲੇਂਟ ਨਹੀਂ ਸੀ ਕੀਤੀ ਕੋਈ ਬੀਬੀ ਬੋਲੀ ਨਹੀਂ ਗਈ ਕੋਈ ਔਰਤ ਬੋਲੀ ਨਹੀਂ ਗਈ ਇਹ ਡਰ ਦੀ ਮਾਰੀ ਕੇ ਬਾਬਾ ਸਾਡੀ ਵੀਡੀਓ ਨਾ ਵਾਇਰਲ ਕਰ ਦੇਵੇ ਜene ਹੁੰਦੀ ਆ ਕਿ ਪਾਪਾ ਦਾ ਘੜਾ ਇੱਕ ਦਿੰਨਾ ਭਰ ਜਾਂਦਾ ਤੇ ਉਹ ਭਰ ਗਿਆ ਤੇ ਉਹ ਫਿਰ ਡੁੱਲਿਆ ਵੀ ਤੇ ਉਸ ਦੇ ਨਾਲ ਅਸੀਂ ਜਿਵੇਂ ਸਾਰੇ ਸਬੂਤ ਮਿਲ ਗਏ ਤਾਂ ਉਹ ਫੜਿਆ ਗਿਆ ਤੇ ਉਸ ਨੂੰ 14 ਸਾਲ ਦੀ ਸਜ਼ਾ ਵੀ ਹੋ ਗਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਆਪਣਾ ਖਿਆਲ ਰੱਖਿਓ